ਜਦੋਂ ਸ਼ੈਤਾਨ ਨੂੰ ਪਤਾ ਲੱਗਦਾ ਹੈ ਤੁਹਾਡੀ ਕਮਜ਼ੋਰੀ ਕੀ ਹੈ ਤਾਂ ਉਹ ਤੁਹਾਡੇ ਉੱਤੇ ਕਮਜ਼ੋਰੀ ਦੇ ਉੱਤੇ ਹਮਲਾ ਕਰਦਾ ਹੈ। ਜਦੋਂ ਤੁਸੀਂ ਆਪਣੇ ਵਪਾਰ ਵਿੱਚ ਝੂਠ ਬੋਲਦੇ ਹੋ, ਰਿਸ਼ਵਤ ਲੈਂਦੇ ਹੋ ਤਾਂ ਸ਼ੈਤਾਨ ਕੰਮ ਕਰਦਾ ਹੈ। ਫਿਰ ਤੁਸੀਂ ਕਹਿੰਦੇ ਹੋ, ਪਰਮੇਸ਼ੁਰ ਸ਼ੈਤਾਨ ਮੇਰੇ ਵਪਾਰ ਵਿੱਚ ਕੀ ਕਰ ਰਿਹਾ ਹੈ? ਪਰਮੇਸ਼ੁਰ ਵੀ ਕਹਿੰਦਾ ਹੈ, ਇਹ ਚੋਰੀ ਤੇਰੇ ਜੀਵਨ ਦੇ ਵਿੱਚ ਕੀ ਕਰ ਰਹੀ ਹੈ? ਜੇਕਰ ਤੁਸੀਂ ਵਚਨ ਦੇ ਵਿੱਚ ਬਣੇ ਰਹਿੰਦੇ ਹੋ ਤਾਂ ਸ਼ੈਤਾਨ ਵੀ ਤੁਹਾਡੇ ਜੀਵਨ ਵਿੱਚ ਨਹੀਂ ਆਉਂਦਾ। ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰਕੇ ਬਪਤਿਸਮਾ ਲੈਂਦੇ ਹੋ, ਤੁਹਾਡੇ ਅੰਦਰ ਪਵਿੱਤਰ ਆਤਮਾ ਦਾ ਵਾਸ ਹੋ ਜਾਂਦਾ ਹੈ। ਫਿਰ ਸ਼ੈਤਾਨ ਤੁਹਾਡੇ ਉੱਤੇ ਹਮਲਾ ਨਹੀਂ ਕਰਦਾ। ਜਿੱਥੇ ਪਰਮੇਸ਼ੁਰ ਦਾ ਵਚਨ ਟੁੱਟਦਾ ਹੈ ਉੱਥੇ ਸ਼ੈਤਾਨ ਹਮਲਾ ਕਰਦਾ ਹੈ। ਹਾਲੇਲੂਇਆ। ਸ਼ੈਤਾਨ ਹਮਲਾ ਕਦੋਂ ਕਰਦਾ? ਜਦੋਂ ਆਪਾਂ ਪਰਮੇਸ਼ੁਰ ਦੇ ਵਚਨਾਂ 'ਤੇ ਨਹੀਂ ਚੱਲਦੇ। ਹਾਲੇਲੂਇਆ। ਸ਼ੈਤਾਨ ਫਿਰ ਉਦੋਂ ਹੀ ਚਿੰਬੜ ਜਾਂਦਾ ਕਿ ਹਾਲੇਲੂਇਆ। ਠੀਕ ਹੈ, ਪ੍ਰਭੂ ਯਿਸੂ ਮਸੀਹ ਇੱਕ ਸਥਾਨ 'ਤੇ ਗਏ ਜਿੱਥੇ ਉਹਨਾਂ ਨੇ ਇੱਕ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਮਨੁੱਖ ਮਿਲਿਆ, ਜਿਸ ਨੂੰ ਲੋਕਾਂ ਨੇ ਸੰਗਲਾਂ ਅਤੇ ਬੇੜੀਆਂ ਨਾਲ ਬੰਨਿਆ ਹੋਇਆ ਸੀ। ਪ੍ਰਭੂ ਯਿਸੂ ਮਸੀਹ ਨੇ ਪੁੱਛਿਆ ਕਿ ਤੇਰਾ ਕੀ ਨਾਮ ਹੈ? ਉਸ ਨੇ ਕਿਹਾ, ਸੈਨਾ, ਕਿਉਂਕਿ ਉਸ ਮਨੁੱਖ ਵਿੱਚ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਬੈਠੀਆਂ ਸਨ। ਉਹਨਾਂ ਦੁਸ਼ਟ ਆਤਮਾਵਾਂ ਨੇ ਉਹਨੂੰ ਬੇਨਤੀ ਕੀਤੀ ਕਿ ਸਾਨੂੰ ਸੂਰਾਂ ਦੇ ਝੁੰਡ ਵਿੱਚ ਭੇਜ ਦੇ। ਫਿਰ ਪ੍ਰਭੂ ਯਿਸੂ ਨੇ ਉਹਨਾਂ ਨੂੰ ਝੁੰਡ ਦੇ ਸੂਰਾਂ ਝੁੰਡ ਵਿੱਚ ਜਾਣ ਦਿੱਤਾ ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿਕਲ ਕੇ ਸੂਰਾਂ ਵਿੱਚ ਚਲੀਆਂ ਗਈਆਂ। ਉਹ ਸੂਰਾਂ ਦੇ ਝੁੰਡ ਕੜਾਹੇ ਭਰ ਤੋਂ ਟਪਕ ਦੇ ਚੀਂ ਦੇ ਵਿੱਚ ਚਲਾ ਗਿਆ ਅਤੇ ਲੁੱਕ ਗਿਆ। ਹਾਲੇਲੂਇਆ। ਕੀ ਸੀ ਮਤਲਬ ਮਿਲਿਆ? ਪ੍ਰਭੂ ਯਿਸੂ ਜੀ ਨੂੰ ਝੀਲ 'ਤੇ ਗਏ, ਇੱਕ ਸੰਗਲਾਂ ਨਾਲ ਬੰਨਿਆ ਆਦਮੀ, ਉਹਨੂੰ ਦੁਸ਼ਟ ਆਤਮਾ ਚਿੰਬੜਿਆ ਸੀ। ਜਿਹਨੂੰ ਦੁਸ਼ਟ ਆਤਮਾ ਚਿੰਬੜਿਆ ਹੁੰਦਾ ਉਹ ਜਾਣਦੇ ਜਾਂ ਉਹਨਾਂ ਦੇ ਘਰ ਦੇ ਜਾਣਦੇ। ਹਾਲੇਲੂਇਆ। ਹੋਰ ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ, ਉਹਨਾਂ ਨੂੰ ਪਤਾ ਵੈ। ਉਦੋਂ ਵੀ ਪ੍ਰਭੂ ਯਿਸੂ ਜੀ ਦੁਸ਼ਟ ਆਤਮਾ ਨੂੰ ਠੀਕ ਕਰਦੇ ਸੀ, ਹੁਣ ਵੀ ਕਰਦੇ। ਹਾਲੇਲੂਇਆ। ਉਹਨਾਂ ਨੇ ਕੀ ਕੀਤਾ? ਕਹਿੰਦਾ, ਸਾਨੂੰ ਇਹਦੇ ਵਿੱਚੋਂ ਕੱਢ ਕੇ ਸੂਰਾਂ ਦੇ ਝੁੰਡ 'ਚ ਭੇਜ ਦੇ। ਕਹਿੰਦਾ, ਹੁਣ ਇੱਥੇ ਇਹ ਗੱਲ ਧਿਆਨ ਦੇਣ ਦੀ ਜ਼ਰੂਰਤ ਹੈ, ਪ੍ਰਭੂ ਯਿਸੂ ਮਸੀਹ ਨੇ ਉਹ ਦੁਸ਼ਟ ਆਤਮਾਵਾਂ ਨੂੰ ਕੱਢਿਆ ਕਿਉਂ ਨਹੀਂ? ਉਹਨਾਂ ਦੇ ਕਹਿਣ 'ਤੇ ਉਹਨਾਂ ਨੂੰ ਸੂਰਾਂ ਦੇ ਝੁੰਡ ਵਿੱਚ ਕਿਉਂ ਭੇਜ ਦਿੱਤਾ? ਇਸ ਲਈ, ਕਿਉਂਕਿ ਪੁਰਾਣੇ ਨਿਯਮ ਦੇ ਅਨੁਸਾਰ ਸੂਰ ਚਰਾਉਣਾ ਪਾਪ ਸੀ ਅਤੇ ਦੁਸ਼ਟ ਆਤਮਾਵਾਂ ਕਹਿੰਦੀਆਂ ਸਨ ਕਿ ਪਰਮੇਸ਼ੁਰ ਸਾਨੂੰ ਆਗਿਆ ਦੇ, ਕਿਉਂਕਿ ਇਹਨਾਂ ਲੋਕਾਂ ਨੇ ਤੇਰਾ ਵਚਨ ਤੋੜਿਆ ਹੈ। ਇਹੀ ਕਾਰਨ ਸੀ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੇ ਕਹਿਣ ਦੇ ਅਨੁਸਾਰ ਉਹਨਾਂ ਨੂੰ ਸੂਰਾਂ ਦੇ ਝੁੰਡ ਵਿੱਚ ਭੇਜ ਦਿੱਤਾ। ਯਾਦ ਰੱਖੋ, ਜਿੱਥੇ ਪਰਮੇਸ਼ੁਰ ਦਾ ਵਚਨ ਟੁੱਟਦਾ ਹੈ ਉੱਥੇ ਸ਼ੈਤਾਨ ਹਮਲਾ ਕਰਦਾ ਹੈ। ਹਾਲੇਲੂਇਆ। ਸ਼ੈਤਾਨ ਹਮਲਾ ਕਦੋਂ ਕਰਦਾ? ਜਦੋਂ ਆਪਾਂ ਪਰਮੇਸ਼ੁਰ ਦੇ ਵਚਨਾਂ 'ਤੇ ਨਹੀਂ ਚੱਲਦੇ। ਹਾਲੇਲੂਇਆ। ਸ਼ੈਤਾਨ ਫਿਰ ਉਦੋਂ ਹੀ ਚਿੰਬੜ ਜਾਂਦਾ ਕਿ ਹਾਲੇਲੂਇਆ। ਇੱਥੇ ਇਸ ਤਰ੍ਹਾਂ ਤੁਹਾਡੇ ਜੀਵਨ 'ਚ ਕੀ ਕੰਮ ਕਰਦਾ ਹੈ? ਜਦੋਂ ਸ਼ੈਤਾਨ ਨੂੰ ਪਤਾ ਲੱਗਦਾ ਹੈ ਤੁਹਾਡੀ ਕਮਜ਼ੋਰੀ ਕੀ ਹੈ ਤਾਂ ਉਹ ਤੁਹਾਡੇ ਉੱਤੇ ਕਮਜ਼ੋਰੀ ਦੇ ਉੱਤੇ ਹਮਲਾ ਕਰਦਾ ਹੈ। ਜਦੋਂ ਤੁਸੀਂ ਆਪਣੇ ਵਪਾਰ ਵਿੱਚ ਝੂਠ ਬੋਲਦੇ ਹੋ, ਰਿਸ਼ਵਤ ਲੈਂਦੇ ਹੋ ਤਾਂ ਸ਼ੈਤਾਨ ਕੰਮ ਕਰਦਾ ਹੈ। ਫਿਰ ਤੁਸੀਂ ਕਹਿੰਦੇ ਹੋ, ਪਰਮੇਸ਼ੁਰ ਸ਼ੈਤਾਨ ਮੇਰੇ ਵਪਾਰ ਵਿੱਚ ਕੀ ਕਰ ਰਿਹਾ ਹੈ? ਪਰਮੇਸ਼ੁਰ ਵੀ ਕਹਿੰਦਾ ਹੈ, ਇਹ ਚੋਰੀ ਤੇਰੇ ਜੀਵਨ ਦੇ ਵਿੱਚ ਕੀ ਕਰ ਰਹੀ ਹੈ? ਜੇਕਰ ਤੁਸੀਂ ਵਚਨ ਦੇ ਵਿੱਚ ਬਣੇ ਰਹਿੰਦੇ ਹੋ ਤਾਂ ਸ਼ੈਤਾਨ ਵੀ ਤੁਹਾਡੇ ਜੀਵਨ ਵਿੱਚ ਨਹੀਂ ਆਉਂਦਾ। ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰਕੇ ਬਪਤਿਸਮਾ ਲੈਂਦੇ ਹੋ, ਤੁਹਾਡੇ ਅੰਦਰ ਪਵਿੱਤਰ ਆਤਮਾ ਦਾ ਵਾਸ ਹੋ ਜਾਂਦਾ ਹੈ। ਫਿਰ ਸ਼ੈਤਾਨ ਤੁਹਾਡੇ ਉੱਤੇ ਹਮਲਾ ਨਹੀਂ ਕਰ ਪਾਉਂਦਾ। ਜਦੋਂ ਤੁਸੀਂ ਬਾਈਬਲ ਦੇ ਵਿੱਚ ਯਾਕੂਬ ਦੇ 12 ਪੁੱਤਰਾਂ ਦੇ ਬਾਰੇ ਪੜ੍ਹਦੇ ਹੋ ਤਾਂ ਲਿਖਿਆ, ਉਸਦਾ ਜੇਠਾ ਪੁੱਤਰ ਰੂਬੇਨ ਆਪਣੇ ਪਿਤਾ ਤੋਂ ਬਰਕਤ ਲੈਣ ਤੋਂ ਵਾਂਝਾ ਰਹਿ ਗਿਆ। ਇਹ ਉਹਦੇ ਨਾਲ ਉਸਦੇ ਪਾਪ ਕਰਕੇ ਹੋਇਆ। ਇਸ ਲਈ ਪਰਮੇਸ਼ੁਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਆਪਣੇ ਸਰੀਰ ਦੀਆਂ ਲਾਲਸਾਵਾਂ ਅਤੇ ਇਸ਼ਾਵਾਂ ਨੂੰ ਸਲੀਬ 'ਤੇ ਚਾੜ ਦਿਓ। ਪਰ ਜੇਕਰ ਤੁਸੀਂ ਅਯੂਬ ਦੇ ਬਾਰੇ ਪੜ੍ਹੋ ਤਾਂ ਲਿਖਿਆ ਹੈ ਕਿ ਪਰਮੇਸ਼ੁਰ ਨੇ ਸ਼ੈਤਾਨ ਨੂੰ ਕਿਹਾ, ਅਯੂਬ ਜਿਹਾ ਧਰਮੀ ਕੋਈ ਨਹੀਂ ਹੈ। ਸ਼ੈਤਾਨ ਨੇ ਪਰਮੇਸ਼ੁਰ ਨੂੰ ਕਿਹਾ, ਤੁਸੀਂ ਉਸਦੇ ਆਲੇ ਦੁਆਲੇ ਵਾੜਾ ਲਾਇਆ ਹੈ, ਇਸ ਕਾਰਨ ਮੈਂ ਉਹਦੇ ਕੋਲ ਨਹੀਂ ਜਾ ਸਕਦਾ। ਇੱਕ ਵਚਨ 'ਤੇ ਚੱਲਣ ਵਾਲੇ ਅਤੇ ਵਚਨ ਦੇ ਉੱਤੇ ਨਾ ਚੱਲਣ ਵਾਲੇ ਮਨੁੱਖ ਦੇ ਵਿੱਚ ਇਹੀ ਅੰਤਰ ਹੈ। ਹਾਲੇਲੂਇਆ। ਜਦੋਂ ਆਪਾਂ ਪ੍ਰਭੂ ਯਿਸੂ ਜੀ ਦੇ ਵਚਨਾਂ 'ਤੇ ਚੱਲਦੇ ਹਾਂ, ਫਿਰ ਪਰਮੇਸ਼ੁਰ ਆਪਣੇ ਆਲੇ ਕੀ ਲਾ ਦਿੰਦਾ? ਵਾੜਾ ਲਾ ਦਿੰਦਾ, ਆਪਣੇ ਸਵਰਗ ਦੂਤਾਂ ਦਾ ਵਾੜਾ ਲਾ ਦਿੰਦਾ। ਹਾਲੇਲੂਇਆ। ਕਿ ਸ਼ੈਤਾਨ ਦਾ ਆਪਣੇ 'ਤੇ ਕਬਜ਼ਾ ਨਹੀਂ ਹੁੰਦਾ। ਹਾਲੇਲੂਇਆ। ਫਿਰ ਉਹ ਦੂਰ ਹੀ ਰਹਿੰਦਾ, ਆਪਣੇ ਘਰ ਵੀ ਨਹੀਂ ਆਉਂਦਾ। ਹਾਲੇਲੂਇਆ। ਇਸ ਲਈ ਉਸਦੇ ਜੀਵਨ ਵਿੱਚ ਕੰਮ ਕਰਨ ਦੇ ਲਈ ਸ਼ੈਤਾਨ ਨੂੰ ਪਰਮੇਸ਼ੁਰ ਤੋਂ ਆਗਿਆ ਲੈਣੀ ਪਈ। ਇਸੇ ਤਰ੍ਹਾਂ ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਚੱਲ ਕੇ ਆਪਣਾ ਜੀਵਨ ਬਤੀਤ ਕਰਦੇ ਹੋ, ਫਿਰ ਸ਼ੈਤਾਨ ਤੁਹਾਡੇ ਜੀਵਨ ਵਿੱਚ ਕੰਮ ਨਹੀਂ ਕਰ ਪਾਉਂਦਾ। ਫਿਰ ਤੁਸੀਂ ਅਤੇ ਤੁਹਾਡਾ ਪਰਿਵਾਰ, ਵਪਾਰ, ਸਭ ਕੁਝ ਅਯੂਬ ਦੀ ਤਰ੍ਹਾਂ ਬਾੜੇ ਦੇ ਅੰਦਰ ਆ ਜਾਂਦਾ ਹੈ।
अते फिर शैतान तुहानू बरकत लैण तो नहीं रोक सकता। परमेश्वर इस वचन दे द्वारा तुहानू बरकत देवे। आमीन आमीन।